ਸਾਡੇ ਦੀ ਸਰਕਾਰ ਨੇ ਉਸ ਨੂੰ ਜਿਹੜਾ ਗ੍ਰਹਿ ਮੰਤਰਾਲਾ ਉਹਨੇ ਖੱਟੜ ਨੇ ਕੇਂਦਰ ਦੀ ਸ਼ਹਿਦ ਦੇ ਉੱਤੇ ਜਿਹੜਾ ਆ ਅਤਿਆਚਾਰ ਕੀਤਾ ਜਿਹਦੇ ਵਿੱਚ ਸਾਡੀਆਂ ਬਹੁਤ ਕੀਮਤੀ ਜਾਨਾਂ ਗਈਆਂ ਤੇ ਇੱਕ ਨੌਜਵਾਨ ਦੀ ਜਿਹੜੇ ਗੋਲੀ ਲੱਗਣ ਕਰਕੇ ਮੌਤ ਹੋਈ ਆ ਉਹਦਾ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਕਾਲਾ ਦਿਨ ਮਨਾਇਆ ਜਾ ਰਿਹਾ ਖਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਰਹੇ ਹੋ ਤੁਹਾਡੇ ਵੱਤ ਚੰਗੀ ਗੱਲ ਨਹੀਂ ਆ ਜਿਹੜਾ ਭਾਰਤ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਸਾਰੀ ਦੁਨੀਆ ਦੇ ਵਿੱਚ ਲੋਕਤੰਤਰ ਜਿਹੜਾ ਨਾ ਦੇਸ਼ ਹੈ ਇੱਥੇ ਲੋਕਤੰਤਰ ਦੀਆਂ ਤਜੀਆਂ ਡਾਈਆਂ ਜਾ ਰਹੀਆਂ ਨੇ ਮੋਦੀ ਸਰਕਾਰ ਮੁਰਦਾਬਾਦ 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 ਅਮਰ ਸ਼ਾਹ ਦੇ 202 ਦਾ ਮੁਕਦਮਾ ਦਰਜ ਕਰੋ ਦਰਜ ਕਰੋ ਅਮਰ ਸ਼ਾਹ ਦੇ 202 ਦਾ ਮੁਕਦਮਾ ਦਰਜ ਕਰੋ ਦਰਜ ਕਰੋ ਦਰਜ ਕਰੋ ਆਲਾ ਬੱਚਾ ਜੋ ਕਰੂਈ ਸਰਕਾਰ ਮੁਰਦਾਬਾਦ 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 ਜੁਗਤ ਕਿਸਾਨ ਮੋਰਚਾ ਜਿੰਦਾਬਾਦ 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 ਭਾਈ ਜੀ ਐਮਐਸਪੀ ਲੈ ਕੇ ਰਹਾਂਗੇ अज जरा फूकिया प्रधानमंत्री नरेंद्र मोदी साढ़े गृह मंत्री अमित शाह खट्टड़ फनल विच जरा हरियाणे का जरा गृहमंत्री आ क्योंकि जिहड़ा किसानां ने संघर्ष शुरू किया अपनी मंगां लई इह संघर्ष मोदी सरकार कुछ जिहड़ियां मंगां प्रवान करके मुकर गई सी उहनां नूं मनवाउण करके शुरू किया गया लेकिन उहदे उत्ते हरियाणे दी सरकार ने उस नूं जिहड़ा गृह मंत्रालय उहने खट्टर ने केंद्र दी शहिद दे उत्ते जिहड़ा आ अत्याचार किया जिहदे विच साडियां बहुत कीमती जानां गईआं ते इक नौजवान दी जिहड़े गोली लगण करके मौत होई आ उहदा करके अज पूरे देश दे विच काला दिन मनाया जा रिहा थां थां ते पुतले फूके जा रहे आ नाल दी नाल ही जिहड़ी साडी इक मंग सीगी कि भारत WTO तों बाहर TO तों बाहर आवे अज उहदी मीटिंग शुरू हो रही आ उहदी मीटिंग दे विच शुरू होण दे मौके अज असीं इह प्रोटेस्ट जिहड़ा कर रहे आ कि जिहड़ियां नीतियां लागू कीतियां जा रहियां इह WTO करके कीतियां जा रहियां जद तक भारत जिहड़ा साडा देश है WTO दे विच रहेगा इह नीतियां लागू रहिणगियां इन्हां नीतियां नूं बदलाउण लई जिहड़ा उहतों बाहर आउणा जिहड़ा है बहुत जरूरी आ असी इस मौके जिहड़ा संयुक्त किसान मोर्चा ये मंग करदा भी इह जिहड़ा साडा उत्थे गोली चली आ साडा नौजवान शहीद होया उह कतल होया ते उह कतल दा मुकदमा जिहड़ा आ इह खट्टर उत्थों दा जिहड़ा गृह मंत्री आ अनिल विज ते गृह मंत्री जिहड़ा साडा देश दा अमित शाह इन्हां दे खिलाफ 302 दा मुकदमा दर्ज होना चाहीदा क्योंकि कानून दे विच जिहड़े आ कानून दे सामने संविधान दे विच सारे बराबर आ ਭਾਵੇਂ ਅਮਿਤ ਸ਼ਾਹ ਆ ਜਿਹੜਾ ਇਹ ਪਹਿਲਾਂ ਗੁੰਡਿਆਂ ਦਾ ਰਿਕਾਰਡ ਪਹਿਲਾਂ ਵੀ ਆ ਇਹ ਗੁੰਡਿਆਂ ਦਾ ਸਰਦਾਰ ਰਿਹਾ ਗੁੰਡਾਗਰਦੀ ਕਰਦਾ ਰਿਹਾ ਤੇ ਗੁੰਡਾਗਰਦੀ ਦੇ ਵਿੱਚੋਂ ਹੀ ਇਹ ਜਿਹੜਾ ਲੀਡਰ ਬਣਿਆ ਅੱਜ ਇਹ ਆਪਣੇ ਉਸੇ ਮਾਈਂਡ ਦੇ ਨਾਲ ਹੀ ਪੁਲਿਸ ਰਾਹੀਂ ਜਿਹੜਾ ਆ ਇਹ ਮਰਡਰ ਕਰਵਾ ਰਿਹਾ ਸਾਡੀ ਮੰਗ ਆ ਵੀ ਤੇ 302 ਦਾ ਜਿਹੜਾ ਪਰਦਾ ਜਿਹੜਾ ਆ ਇਹ ਦਰਜ ਕੀਤਾ ਜਾਵੇ ਤੇ ਇਹ ਆਪਣੇ ਜਿਹੜਾ ਉਹਦੇ ਕੋਲ ਜਿਹੜਾ ਸਿੱਖਾ ਸਾਡੀ ਇਹ ਮੰਗ ਆ ਤੇ ਬਾਕੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੀ ਇਹ ਸੱਦਾ ਦੇਵੇਗਾ ਸਾਡੀਆਂ ਜਿਹੜੀਆਂ ਸਾਡਾ ਕੱਢ ਰਿਹਾ ਹੇਸਲਾ ਕੱਢ ਰਿਹਾ ਉਹਦੇ ਲਈ ਉਹਦੀ ਪੂਰਤੀ ਲਈ ਜਿਹੜਾ ਹੈ ਉਹ ਤਿਆਰ ਹੈ ਅਤੇ ਹਰ ਐਕਸ਼ਨ ਦੇ ਵਿੱਚ ਜਿਹੜਾ ਆਪਣਾ ਅਸੀਂ ਹਿੱਸਾ ਲਵਾਂਗੇ ਉਹਨਾਂ ਚਿਰ ਤੱਕ ਇਹ ਸੰਘਰਸ਼ ਜਿਹੜਾ ਆ ਇਹ ਜਾਰੀ ਰਹੇਗਾ ਜਦ ਤੱਕ ਸਾਡੀਆਂ ਮੰਗਾਂ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ MSP ਦੀ ਮੰਗ ਆ ਉਹਦੇ 'ਤੇ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਆ ਇਹ ਜਿਹੜੇ ਕਰਜ਼ੇ ਆ ਉਹਨਾਂ ਦੇ ਲਕੀਰ ਫੇਰਨ ਦੀ ਗੱਲ ਆ ਬਿਜਲੀ ਬਿੱਲ ਜਿਹੜਾ 2020 ਹੈਗਾ 2020 ਆ ਉਹਨੂੰ ਮਨਸੂਖ ਕਰਨ ਦੀ ਗੱਲ ਆ ਰੱਦ ਕਰਨ ਦੀ ਗੱਲ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨਾਲ ਦੀ ਨਾਲ ਜੁੜੀਆਂ ਨੇ ਇਹ ਸਾਡਾ ਚਾਰਟਰ ਜਿਹੜਾ ਮੰਗਾਂ ਦਾ ਜਦ ਤੱਕ ਇਹ ਪ੍ਰਵਾਨ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਸ਼ੁਰੂ ਰਹੇਗਾ ਸ਼ੁਰੂ ਹੈ ਜਿਹੜਾ ਹੋਇਆ ਇਹ ਲਗਾਤਾਰ ਜਾਰੀ ਰਹੇਗਾ ਅਤੇ ਆਪਣੀ ਜਿਹੜੀ ਆ ਜਦ ਤੱਕ ਸਾਡੀ ਜਿੱਤ ਨਹੀਂ ਹੁੰਦੀ ਉਹਨਾਂ ਚਿਰ ਤੱਕ ਹੀ ਆਪਾਂ ਸੰਘਰਸ਼ ਜਿਹੜਾ ਕਰਾਂਗੇ ਇਹ ਜਿਹੜਾ ਅੱਜ ਕਾਲਾ ਦਿਵਸ ਜਿਹੜਾ ਭਾਰਤ ਪ੍ਰਦੇਸ਼ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ ਵਾ ਉਹ ਇਸ ਕਰਕੇ ਕਿ ਸ਼ੁਭ ਕਰਮਨ ਸਿੰਘ ਜਿਹੜਾ ਨਾ ਦੋ ਭੈਣਾਂ ਦਾ ਵੀ ਭਰਾ ਆ ਉਹ ਸ਼ਹੀਦ ਹੋਇਆ ਵਾ ਹੋਰ ਵੀ ਸਾਥੀ ਜਿਹੜੇ ਨੇ ਉਹ ਲਾਪਤਾ ਨੇ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਨਿਲ ਵਿਜ ਹਰਿਆਣੇ ਦਾ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਖੱਟੜ ਹਰਿਆਣੇ ਦਾ ਇਹਨਾਂ ਨੇ ਜਿਹੜਾ ਨਾ ਉਹ ਬਹੁਤ ਜ਼ਿਆਦਾ ਗੈਰ ਸੰਵਿਧਾਨਕ ਕੀਤਾ ਵਾ ਕਿਸਾਨਾਂ ਦੇ ਸੜਕਾਂ 'ਤੇ ਜਿਹੜਾ ਰੋਕਾਂ ਨੈਸ਼ਨਲ ਹਾਈਵੇ 'ਤੇ ਲਾਈਆਂ ਨੇ ਬਿਲਕੁਲ ਜਿਹੜੀਆਂ ਨੇ ਗੈਰ ਕਾਨੂੰਨੀ ਨੇ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨੇ ਕਦੇ ਵੀ ਸੜਕਾਂ ਨਹੀਂ ਰੋਕੀਆਂ ਅੱਜ ਜਿਹੜਾ ਭਾਰਤ ਜਿਹੜਾ
अपने आप कहता भी सारी दुनिया के लोकतंत्र जरा देश है इतने लोकतंत्र दज्जिया दाइया जा रही ने अथलू गैस किसान से सुटे जा रहे जिदा पाकिस्तान की फौज या चीन की फौज ने हमला किया वा यह जो दुर्व्यवहार किया जा रहा बिल्कुल गलत है असं इनू बिल्कुल जनरल बर्दाश्त नहीं करा भारत सरकार मोदी सरकार चेतावनी दें कि साढ़े किसान का सबर होर जनरल ना परखे तो जड़िया जायज मंगा ने यह बिल्कुल मनिया जा कि जरा ना वो ये जरा जो किसान ने वह सही किसान नहीं चाहता हड़ताल करनी ज धरने देने असी कोई खुशी नाल इतने धरने नहीं दे रहे जां पुतले नहीं फूक रहे ये सानू जाना जान बुझ के सरकार ने मजबूर किया वा इस करके मैं ये गल कहनी चाहना कि किसान दियां जायज मंगा पूरी करे और जड़िया सरकार दियां जड़िया ने जो किसान जरा WTO तो जरा साडा देश है वह बाहर आए वड्डे कारपोरेट घराणियां दियां नीतियां जड़ियां ने वह खत्म होणगियां ते फिर किसानी जरा वह खुशहाल होगी जरा अज आप संयुक्त किसान मोर्चे की पहली कॉल नू ध्यान च रख के पुतले फूके आ ते ए जिहड़ी हिंदुस्तान की सरकार आ इन्हें संविधान नू किले ते टंगता इहनू आपां दसना चाहुंदे आ कि बंदियां वाले काम कार संविधान दे विच रह के काम कर किसान जे शांतिपूर्वक अपना प्रोटेक्ट कर रहे ने उन्हां नू दिल्ली तक जान देना चाहीदा वा तुसीं साडे किसानों नू गोलियां मार के शहीद कर रहे हो तुहाडे वास्ते चंगी गल नहीं आ ते आउण वाले समय दे विच जो भी किसान आगू सानू काल देणगे उस काल दे विच आपां बिल्कुल सबर दे विच रह के वह काल नू पूरा करांगे।